ਮੈਨੂੰ ਯਾਦ ਹੈ ਜੀ ਜਦੋਂ ਤੁਸੀਂ ਮੋਹਾਲੀ 'ਚ ਸੰਘਰਸ਼ ਸ਼ੁਰੂ ਕੀਤਾ ਸੀਗਾ ਕੱਚੇ ਅਧਿਆਪਕ ਯੂਨੀਅਨ ਦੇ ਬੈਨਰ ਹੇਠ। ਪਹਿਲਾ ਦਿਨ ਸੀ ਉਦੋਂ ਜੂਨ ਦਾ ਮਹੀਨਾ ਸੀਗਾ ਅਤੇ ਸੋਲਾਂ ਉਦੋਂ ਜੂਨ ਤੁਹਾਡੀ ਇੱਕ ਸਾਥੀ ਟੀਚਰ ਸੀ, ਉਹਨਾਂ ਨੇ ਮੇਰੇ ਖਿਆਲ ਜ਼ਹਿਰੀਲੀ ਗੋਲੀਆਂ ਵੀ ਖਾ ਲਈਆਂ ਸੀਗੀਆਂ, ਪਹਿਲਾ ਦਿਨ ਹਾਂਜੀ ਹੀ ਸੀਗਾ। ਜੀ ਜੀ ਸੋ ਇਸ ਤਰ੍ਹਾਂ ਦੇ ਫੇਸ ਕਰਨੇ ਰੋਜ਼ ਮਤਲਬ ਕੀ ਕੁਛ ਹੁੰਦਾ ਸੀਗਾ, ਹੋਰ ਵੀ ਕੋਈ ਤੁਸੀਂ ਸਾਂਝੇ ਕਰ ਸਕਦੇ ਹੋ ਇੰਸੀਡੈਂਟ ਇਸ ਤਰ੍ਹਾਂ ਦੇ ਵੀ ਜਿਹੜਾ ਤੁਹਾਨੂੰ ਵੇਖ ਕੇ ਸੋਚ ਕੇ ਲੱਗਦਾ ਸੀਗਾ ਵੀ ਯਾਰ ਕੀ ਇਹਨਾਂ ਦਾ ਕਸੂਰ ਸੀਗਾ ਵੀ ਇਸ ਤਰ੍ਹਾਂ ਦੇ ਸਟੈਪ ਚੁੱਕਣ ਲਈ ਮਜਬੂਰ ਨੇ ਸਾਡੇ ਸਾਥੀ? ਬਿਲਕੁਲ ਸਰ, ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਦਰਅਸਲ ਸਰ, ਆਉਂਦੇ ਘਰੋਂ ਅਸੀਂ ਰੈਲੀ ਕਰਨੀ ਸੀਗੇ, ਪਰ ਹਾਲਾਤ ਉੱਥੇ ਇਹੋ ਜਿਹੇ ਬਣ ਜਾਂਦੇ ਸੀ, ਜਦੋਂ ਇਹ ਵੇਖਦੇ ਸੀ ਵੀ ਇੱਥੇ ਕੁਛ ਨਹੀਂ ਬਣਿਆ, ਘਰੇ ਫਿਰ ਖਾਲੀ ਜਾਣਾ। ਰਾਜਵੀਰ ਮਲੋਟ ਤੋਂ ਸੀ ਜਿਨ੍ਹਾਂ ਨੇ ਜ਼ਹਿਰ ਖਾਣ ਦੀ ਕੋਸ਼ਿਸ਼ ਕੀਤੀ, ਤੇ ਚਲੋ ਪ੍ਰਮਾਤਮਾ ਨੇ ਉਹਨਾਂ ਦੀ ਜਾਨ ਬਖਸ਼ੀ। ਸਮਰਜੀਤ ਸਿੰਘ ਮਾਨਸਾ ਸੀ ਜਿਨ੍ਹਾਂ ਨੇ 2016 ਦੇ ਵਿੱਚ ਪੈਟਰੋਲ ਪਾਇਆ ਅਰਥੀ ਫੂਕ ਮਜ਼ਾਰੇ ਚ, ਸਾਨੂੰ ਨਹੀਂ ਸੀ ਪਤਾ, ਅਸੀਂ ਤਾਂ ਅਰਥੀ ਫੂਕ ਰਹੇ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਇਮੋਸ਼ਨਲ ਹੋ ਗਿਆ, ਪੈਟਰੋਲ ਪਾ ਕੇ ਅਰਥੀ ਚ ਕੁੱਦ ਗਿਆ। ਸਾਨੂੰ ਉਦੋਂ ਪਤਾ ਲੱਗਿਆ ਜਦੋਂ ਅਰਥੀ ਤੋਂ ਬਾਹਰ ਇਕਦਮ ਲਪਟਾਂ ਨਿਕਲਣ ਲੱਗ ਗਈਆਂ, ਜਿਵੇਂ ਕਿਰਨਜੀਤ ਸ਼ਹੀਦ ਹੋਈ, ਸਾਡੀ ਬੱਚੀ ਰੂਥ ਸ਼ਹੀਦ ਹੋਈ ਧਰਨੇ ਦੇ ਵਿੱਚ, ਸਾਡਾ ਜ਼ਿਲ੍ਹਾ ਸਿੰਘ ਸ਼ਹੀਦ ਹੋਇਆ। ਮੈਂ ਕਹਿ ਸਕਦੀ ਹਾਂ ਕਿ ਮੇਰੀ ਡਿਲੀਵਰੀ 9ਵੇਂ ਮਹੀਨੇ ਕਿਹੜੀ ਹਾਲਾਤ ਹੋ ਜਾਂਦੀ ਹੈ ਇੱਕ ਭੈਣ ਧੀ ਭੈਣ ਦੀ, ਮੈਂ ਸਮਝ ਲਓ ਵੀ ਡਿਲੀਵਰੀ ਵੀ ਮੇਰੀ ਧਰਨੇ ਦੇ ਵਿੱਚ ਹੋਈ। ਮੇਰਾ ਬੇਬੀ 10 ਦਿਨਾਂ ਦਾ ਨਹੀਂ ਸੀ, ਮੈਂ ਛੱਡ ਕੇ ਧਰਨੇ ਵਿੱਚ ਦੁਬਾਰਾ ਆ ਗਈ ਸੀ, ਉਸ ਧਰਨੇ ਦੇ ਵਿੱਚ ਸਮਰਜੀਤ ਨੇ ਆਪਣੇ ਆਪ ਨੂੰ ਅੱਗ ਲਗਾਈ ਸੀ। ਇੱਕ ਵਾਰੀ ਇੱਦਾਂ ਹੋਇਆ, ਮੇਰਾ ਬੇਬੀ 2 ਮਹੀਨਿਆਂ ਦਾ ਸੀ, ਮੈਂ ਖੁਦ ਇੱਕ ਆਗੂ ਹੋ ਕੇ ਭਲਾ ਕਿ ਲੋਕਾਂ ਨੂੰ ਸਮਝਾਈਦਾ ਸੀ ਕਿ ਆਪਾਂ ਇਹੋ ਜਿਹਾ ਕੰਮ ਨਹੀਂ ਕਰਨਾ, ਪਤਾ ਨਹੀਂ ਮੇਰੇ ਦਿਮਾਗ 'ਚ ਕਿੱਦਾਂ ਇਹ ਆਇਆ ਕਿ ਮੈਂ ਇਹ ਜ਼ਿੰਦਗੀ ਨਹੀਂ ਜਿਉਣੀ, ਮੈਂ ਲੋਕਾਂ ਦਾ ਦਰਦ ਵੀ ਵੇਖਣਾ, ਆਪਣਾ ਵੀ ਵੇਖਣਾ। ਸਭ ਤੋਂ ਵੱਡੀ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਜਦੋਂ ਇਹ ਕਹਿੰਦੇ ਸੀ ਕਿ ਤੁਹਾਡਾ ਕੁਛ ਨਹੀਂ ਬਣਿਆ ਜੀ, ਤੁਹਾਡਾ ਕੀ ਬਣਿਆ, ਤੁਹਾਡੀ ਸੈਲਰੀ ਕਿੰਨੀ ਹੈ। ਤਾਂ ਮੈਂ ਖੁਦ ਸਲਫਾਸ ਦੀ ਮਤਲਬ ਗੋਲੀਆਂ ਖਾਣ ਦੀ ਕੋਸ਼ਿਸ਼ ਕੀਤੀ ਬਠਿੰਡੇ 2016 ਦੇ 15 ਦੇ ਵਿੱਚ 16 ਦੇ ਵਿੱਚ ਸੋਰੀ। ਤਾਂ ਉਹਦੇ ਵਿੱਚ ਮਤਲਬ ਉਦੋਂ ਹਾਲਾਤ ਬਣ ਜਾਂਦੇ ਸੀ, ਬਾਕੀ ਤੁਸੀਂ ਮੀਡੀਆ ਵਾਲਿਆਂ ਨੂੰ ਸਾਰਾ ਪਤਾ ਹੀ ਹੈ ਕਿ ਇਹੋ ਜੇ ਆਉਂਦੇ ਕੀ ਕਰਨ ਸੀ, ਹੋ ਕੀ ਜਾਂਦਾ ਸੀ। ਜਾਨਾਂ ਜਿਹੜੀਆਂ ਗਈਆਂ ਉਹ ਇਮੋਸ਼ਨਲ ਹੋ ਕੇ, ਘਰ ਦੇ ਹਾਲਾਤਾਂ ਨੂੰ ਵੇਖ ਕੇ ਜਾਨਾਂ ਗਈਆਂ। ਜੇ ਇਹੀ ਸਰਕਾਰ ਸੈਲਰੀਆਂ ਸਾਨੂੰ ਸਹੀ ਢੰਗ ਨਾਲ ਦਿੰਦੀ ਰਹਿੰਦੀ, ਸਾਡਾ ਸਟੇਟਸ ਬਰਕਰਾਰ ਰੱਖਦੀ, ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਹੋ ਜਾਂਦਾ, ਤਾਂ ਅਸੀਂ ਸਮਝਦੇ ਹਾਂ ਜਿਹੜੀਆਂ ਵਿਛੜੀਆਂ ਰੂਹਾਂ ਅੱਜ ਸਾਡੇ ਤੋਂ ਵਿਛੜ ਗਈਆਂ, ਅੱਜ ਸਾਨੂੰ ਉਹਨਾਂ ਨੂੰ ਵੇਖ ਕੇ ਯਾਦ ਕਰਕੇ।